68 ਵਿੱਚ ਉਸ ਨੂੰ ਦਰਸ਼ਨ ਦਿੱਤਾ ਔਰ ਲਿਖਿਆ ਕਿ ਪਰਮੇਸ਼ਵਰ ਦੇ ਸਵਰਗ ਦੂਤ ਨੇ ਇੱਕ ਝਾੜੀ ਦੇ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਨ ਦਿੱਤਾ ਹੈ ਜਾਂ ਉਸਨੇ ਡਿੱਠਾ ਜਦੋਂ ਮੂਸਾ ਨੇ ਇਸ ਗੱਲ ਨੂੰ ਵੇਖਿਆ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਤੇ ਜਿਹੜੀ ਝਾੜੀ ਸੀ ਉਹ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ ਝਾੜੀ ਜਿਹੜੀ ਉਹ ਭਸਮ ਨਹੀਂ ਹੋ ਰਹੀ ਸੀ ਤਾਂ ਮੂਸਾ ਨੇ ਆਖਿਆ ਮੂਸਾ ਨੇ ਆਪਣੇ ਮਨ ਵਿੱਚ ਹੀ ਆਖਿਆ ਮੈਂ ਇੱਕ ਪਾਸੇ ਦੀ ਹੋ ਕੇ ਜਾਵਾਂਗਾ ਮੈਂ ਇੱਕ ਪਾਸੇ ਦੀ ਹੋ ਕੇ ਜਾਵਾਂਗਾ ਔਰ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਇੱਕ ਵੱਡੇ ਨਜ਼ਾਰੇ ਨੂੰ ਮੈਂ ਵੇਖਾਂਗਾ ਕਿ ਕਿਉਂ ਇਹ ਝਾੜੀ ਨਹੀਂ ਸੜਦੀ ਕਿ ਇਹ ਝਾੜੀ ਜਿਹੜੀ ਹੈ ਭਸਮ ਜਿਹਨੂੰ ਅੱਗ ਲੱਗ ਜਾਂਦੀ ਹੈ ਉਹ ਸੜ ਜਾਂਦੀ ਹੈ ਚੀਜ਼ ਇਹ ਝਾੜੀ ਕਿਉਂ ਨਹੀਂ ਸੜ ਰਹੀ ਜਾਂ ਯਹੋਵਾ ਨੇ ਵੇਖਿਆ ਜਦੋਂ ਪਰਮੇਸ਼ਰ ਪਿਤਾ ਨੇ ਮੂਸਾ ਨੂੰ ਦੇਖਿਆ ਕਿ ਇਹ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਕਿ ਮੂਸਾ ਮੇਰਾ ਇਹ ਚਮਤਕਾਰ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਏ ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ ਔਰ ਪਰਮੇਸ਼ਰ ਨੇ ਮੂਸਾ ਨੂੰ ਪੁਕਾਰਿਆ ਤੇ ਆਖਿਆ ਹੇ ਮੂਸਾ ਹੇ ਮੂਸਾ ਹੇ ਮੂਸਾ ਹੇ ਮੂਸਾ ਤਾਂ ਉਸ ਆਖਿਆ ਤਾਂ ਉਸਨੇ ਆਖਿਆ ਮੈਂ ਹਾਜ਼ਰ ਹਾਂ ਮੈਂ ਹਾਜ਼ਰ ਹਾਂ ਫਿਰ ਉਸ ਆਖਿਆ ਫਿਰ ਪਰਮੇਸ਼ਰ ਪਿਤਾ ਨੇ ਆਖਿਆ ਇੱਧਰ ਨੇੜੇ ਆ ਇੱਧਰ ਨੇੜੇ ਨਾ ਆ ਆਪਣੇ ਪੈਰਾਂ ਤੋਂ ਜੁੱਤੀ ਲਾ ਦੇ ਆਪਣੇ ਪੈਰਾਂ ਤੋਂ ਕੀ ਕਰ ਜੁੱਤੀ ਲਾ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜਾ ਹੈ ਕਿਉਂਕਿ ਜਿੱਥੇ ਵੀ ਤੂੰ ਇਹ ਖੜਾ ਹੈ ਪਵਿੱਤਰ ਭੂਮੀ ਹੈ ਇਹ ਜਗ੍ਹਾ ਕੋਈ ਆਮ ਨਹੀਂ ਹੈ ਕਿ ਤੂੰ ਇੱਥੇ ਆਣ ਕੇ ਵੇਖ ਸਕੇ ਕਿ ਕੀ ਹੋ ਰਿਹਾ ਹੈ ਪਰਮੇਸ਼ਵਰ ਦੇ ਪਿਆਰਿਓ ਆਓ ਅਸੀਂ ਇਸ ਗੱਲ ਦੇ ਉੱਤੇ ਥੋੜੀ ਦੇਰ ਅੱਜ ਧਿਆਨ ਕਰੀਏ ਤੇ ਖੁਦਾ ਬਾਪ ਸਾਨੂੰ ਇਸ ਪਵਿੱਤਰ ਬਾਣੀ ਦੇ ਵਸੀਲੇ ਦੇ ਨਾਲ ਸਾਨੂੰ ਸਭ ਨੂੰ ਖੁਦਾ ਅੱਜ ਬਰਕਤ ਤੇ ਆਸ਼ੀਸ਼ ਦੇਣਾ ਚਾਹੁੰਦਾ ਹੈ ਕਿ ਅਸੀਂ ਦੇਖੀਏ ਕਿ ਕਿੱਦਾਂ ਪਰਮੇਸ਼ਵਰ ਜਿੰਨਾ ਆਪਣੇ ਲੋਕਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਕਿੱਥੋਂ ਪ੍ਰਭੂ ਚੀਜ਼ਾਂ ਮੁਹੱਈਆ ਕਰ ਦਿੰਦੇ ਨੇ ਕਿੱਦਾਂ ਪ੍ਰਭੂ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਬੋਲ ਹੀ ਨਹੀਂ ਸਕਦੀਆਂ ਉਹਨਾਂ ਚੀਜ਼ਾਂ ਦੇ ਵਸੀਲੇ ਨਾਲ ਖੁਦਾ ਕਿੱਦਾਂ ਬੋਲਦਾ ਹੈ ਅਬਰਾਹਾਮ ਦੇ ਲਈ ਪਰਮੇਸ਼ਵਰ ਨੇ ਝਾੜੀ ਦੇ ਵਿੱਚੋਂ ਲੀਲਾ ਉਤਪੰਨ ਕਰ ਦਿੱਤਾ ਮੂਸਾ ਦੇ ਲਈ ਖੁਦਾ ਆਪ ਝਾੜੀ ਦੇ ਵਿੱਚੋਂ ਆਪ ਖੁਦਾ ਪ੍ਰਗਟ ਹੋ ਗਿਆ ਪਰਮੇਸ਼ਵਰ ਦੇ ਪਿਆਰਿਓ ਜੇ ਪ੍ਰਭੂ ਜੀ ਇਹਨਾਂ ਜਿਨ੍ਹਾਂ ਦੇ ਵਿੱਚ ਜਾਨ ਹੈ ਨਹੀਂ ਏ ਜ਼ਬਾਨ ਹੈ ਨਹੀਂ ਏ ਮੂੰਹ ਨਹੀਂ ਹੈਗਾ ਇਨਸਾਨ ਉਹਨਾਂ ਦੀ ਭਾਸ਼ਾ ਨਹੀਂ ਸਮਝ ਸਕਦਾ ਤੇ ਕਿੱਦਾਂ ਪਰਮੇਸ਼ਵਰ ਨੇ ਇਹਨਾਂ ਆਪਣੇ ਦਾਸਾਂ ਦੇ ਲਈ ਝਾੜੀਆਂ ਦੇ ਵਿੱਚੋਂ ਲੀਲਾ ਪੈਦਾ ਕਰ ਦੇਣਾ ਝਾੜੀਆਂ ਦੇ ਵਸੀਲੇ ਦੇ ਨਾਲ ਝਾੜੀ ਦੇ ਦੁਆਰਾ ਬੋਲਣ ਲੱਗ ਜਾਣਾ ਮੇਰਾ ਪ੍ਰਭੂ ਜੀ ਕਹਿੰਦੇ ਕਿ ਝਾੜੀਆਂ ਤੋਂ ਵੀ ਕਿਤੇ ਵੱਧ ਕੇ ਪ੍ਰਭੂ ਨੇ ਤੁਹਾਨੂੰ ਉੱਤਮ ਬਣਾਇਆ ਹੈ ਖੁਦਾ ਆਪਣੇ ਦਾਸ ਕੀ ਉਹਦਾ ਨਾਮ ਹੈ ਜਿਹਦੇ ਗਦੀ ਨਾਲ ਗੱਲਾਂ ਲੱਗ ਪਈਆਂ ਸੀ ਬਿਲਿਆਮ 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 ਆਪਣੇ ਨਬੀ ਦੇ ਨਾਲ ਖੁਦਾ ਗਦੀ ਦੇ ਵਸੀਲੇ ਨਾਲ ਆਦਮੀ ਦੀ ਨਹੀਂ ਪ੍ਰਭੂ ਨੇ ਉਡੀਕ ਕੀਤੀ ਕਿ ਕੋਈ ਆਦਮੀ ਆਣ ਕੇ ਬਿਲਿਆਮ ਨੂੰ ਕਵੇ ਸਵਰਗ ਦੂਤ ਅੱਗੇ ਖੜਾ ਏ ਤੇ ਤੈਨੂੰ ਉਹ ਰੋਕ ਰਿਹਾ ਏ ਕਿ ਇਸ ਰਸਤੇ ਨਾ ਜਾ ਗਦੀ ਦਾ ਮੂੰਹ ਖੋਲਿਆ ਪ੍ਰਭੂ ਨੇ ਗਦੀ ਗੱਲਾਂ ਕਰਨ ਲੱਗ ਪਈ ਆਦਮੀ ਦੇ ਨਾਲ ਪ੍ਰਭੂ ਦੇ ਪਿਆਰਿਓ ਸਾਡਾ ਪਰਮੇਸ਼ਵਰ ਜਿਹਨੇ ਸਾਨੂੰ ਸਾਰਿਆਂ ਨੂੰ ਬਣਾਇਆ ਏ ਉਹਨੇ ਸਾਨੂੰ ਉੱਤਮ ਬਣਾਇਆ ਏ
ਇਹਨਾਂ ਪੰਛੀਆਂ ਦੇ ਨਾਲੋਂ, ਜਾਨਵਰਾਂ ਦੇ ਨਾਲੋਂ, ਝਾੜੀਆਂ ਦੇ ਨਾਲੋਂ ਸਾਨੂੰ ਉੱਤਮ ਬਣਾਇਆ ਹੈ। ਅੱਜ ਸਾਨੂੰ ਝਾੜੀ ਦੀ ਨਹੀਂ ਜ਼ਰੂਰਤ, ਅਸੀਂ ਮੂਸਾ ਵਾਂਗ, ਹਾਂ ਝਾੜੀ ਹੈਗੀ ਅਜੇ ਵੀ, ਇਹ ਇਤਿਹਾਸਿਕ ਗੱਲ ਹੈ ਕਿ ਅੱਜ ਵੀ ਝਾੜੀ ਉਹ ਹੈਗੀ, ਲੋਕ ਵੇਖਣ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ, ਮੂਸਾ ਦੀ ਝਾੜੀ ਜਿਹਨੂੰ ਅੱਗ ਲੱਗੀ ਸੀ, ਜਿਹਦੇ ਵਿੱਚੋਂ ਪਰਮੇਸ਼ਵਰ ਬੋਲਿਆ ਮੂਸਾ ਦੇ ਨਾਲ, ਅੱਜ ਵੀ ਉਹਦਾ ਇਤਿਹਾਸ ਰੱਖਿਆ ਹੈ ਕਿ ਇਸ ਝਾੜੀ ਦੇ ਵਸੀਲੇ ਦੇ ਨਾਲ ਮੂਸਾ ਦੇ ਨਾਲ ਖੁਦਾ ਬੋਲਿਆ ਸੀ। ਪਰ ਅੱਜ ਸਾਨੂੰ ਗੱਦੀ ਲੱਭਣ ਦੀ ਜ਼ਰੂਰਤ ਨਹੀਂ ਕਿ ਉਹ ਗੱਦੀ ਕਿੱਥੇ ਗਈ, ਅੱਜ ਸਾਨੂੰ ਅਬਰਾਹਮ ਦੀ ਝਾੜੀ ਲੱਭਣ ਦੀ ਜ਼ਰੂਰਤ ਨਹੀਂ, ਮੂਸਾ ਦੀ ਝਾੜੀ ਲੱਭਣ ਦੀ ਜ਼ਰੂਰਤ ਨਹੀਂ, ਅੱਜ ਖੁਦਾ ਨੇ ਤੁਹਾਨੂੰ ਤੇ ਮੈਨੂੰ ਉਹਨਾਂ ਝਾੜੀਆਂ ਦੀ ਜਗ੍ਹਾ ਦੇ ਉੱਤੇ ਜੀਵਤ ਇਨਸਾਨ, ਉੱਤਮ ਇਨਸਾਨ ਉਹਦੀਆਂ ਨਜ਼ਰਾਂ 'ਚ ਤੁਹਾਨੂੰ ਤੇ ਮੈਨੂੰ ਉਹਨੇ ਚੁਣ ਲਿਆ ਏ, ਇੱਕ ਤੁਹਾਡੇ ਉੱਤੇ ਮੇਰੇ ਉੱਤੇ ਉਤਰ ਸਕੇ ਮੇਰਾ ਖੁਦਾ, ਸਾਡੇ ਨਾਲ ਪ੍ਰਭੂ ਸਾਨੂੰ ਆਪਣੇ ਜਲਾਲ ਦੇ ਨਾਲ ਭਰ ਸਕੇ, ਸਾਡੇ ਵਸੀਲੇ ਦੇ ਨਾਲ ਖੁਦਾ ਗੱਲਾਂ ਕਰ ਸਕੇ। ਦੂਸਰੀਆਂ ਝਾੜੀਆਂ ਜਿਹੜੀਆਂ ਉਸ ਝਾੜੀ ਦੇ ਲਾਗੇ ਚਾਗੇ ਹੋਣੀਆਂ ਹੈ ਜਿਸ ਨੇ ਇਤਿਹਾਸ ਰਚ ਦਿੱਤਾ ਏ, ਜਿਸ ਝਾੜੀ ਨੇ, ਉਹ ਕਹਿੰਦੀਆਂ ਹੋਣੇ ਆ ਤੈਨੂੰ ਲੋਕ ਬੜੇ ਵੇਖਣ ਆਉਂਦੇ ਨੇ, ਹੈ ਤੇ ਤੂੰ ਵੀ ਸੇਮ ਹੀ ਏ, ਪਰ ਤੇਰੇ ਅੰਦਰ ਕੀ ਕਾਬਲੀਅਤ ਏ, ਤੈਨੂੰ ਲੋਕ ਵੇਖਣ ਆਉਂਦੇ ਆ, ਅਸੀਂ ਵੀ ਤੇਰੇ ਲਾਗੇ ਹੀ ਏ। ਉਹ ਕਹਿੰਦੇ ਇਹ ਨਹੀਂ ਮੈਨੂੰ ਪਤਾ, ਪਰ ਜਿਹਨੇ ਬਣਾਇਆ ਸੀ ਨਾ ਉਹ ਇੱਕ ਵਾਰ ਮੇਰੇ ਅੰਦਰੋਂ ਦੀ ਕੀ ਹੋ ਗਿਆ ਏ, ਮੇਰੇ ਵਿੱਚੋਂ ਦੀ ਉਹ ਲੰਘ ਗਿਆ ਏ, ਮੇਰੇ ਵਿੱਚੋਂ ਦੀ ਉਹ ਬੋਲ ਪਿਆ ਏ ਜਿਹਦੇ ਕਾਰਨ ਮੈਂ ਕੀ ਹੋ ਗਈ ਏ, ਤੁਹਾਡੇ ਨਾਲੋਂ ਅਲੱਗ ਹੋ ਗਈ ਏ। ਹਾਲੇ ਲੂਈਆ, ਹਾਲੇ ਲੂਈਆ। ਇਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਨ੍ਹਾਂ ਪਰਿਵਾਰਾਂ ਦੇ ਵਿੱਚ, ਜਿਨ੍ਹਾਂ ਗਲੀਆਂ ਮੁਹੱਲਿਆਂ 'ਚ ਰਹਿ ਰਹੇ ਹਾਂ, ਲੋਕ ਕਈ ਸੋਚਦੇ ਨੇ ਇਹਨਾਂ ਨੂੰ ਬੜੇ ਮਿਲਣ ਆਉਂਦੇ ਨੇ, ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ, ਇਹਨਾਂ ਦੇ ਨਾਲ ਕਦੀ ਉੱਥੇ ਚੱਲ ਗਏ ਕੱਪੜੇ ਪਾ ਕੇ, ਕਦੀ ਉੱਥੇ ਚੱਲ ਗਏ, ਪਤਾ ਨਹੀਂ ਕਿੰਨੇ ਕੁ ਇਹਨਾਂ ਨੂੰ ਪ੍ਰੋਗਰਾਮ ਰਹਿੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਕਰਤਾ ਜਿਹੜਾ ਏ ਉਹ ਸਾਡੇ ਵਿੱਚੋਂ ਦੀ ਲੰਘਿਆ ਨਹੀਂ, ਬਲਕਿ ਉਹ ਸਾਡੇ ਅੰਦਰ ਰਹਿਣ ਵਾਸਤੇ ਆ ਗਿਆ ਏ। ਹਾਲੇ ਲੂਈਆ, ਹਾਲੇ ਲੂਈਆ, ਹਾਲੇ ਲੂਈਆ। ਮੇਰੇ ਪ੍ਰਭੂ ਦੇ ਪਿਆਰਿਓ, ਇਸ ਝਾੜੀ ਨੇ ਜਿਸ ਵਸੀਲੇ ਨਾਲ ਖੁਦਾ ਬਾਪ ਬੋਲਿਆ ਮੂਸਾ ਦੇ ਨਾਲ, ਮੂਸਾ ਦੀ ਜ਼ਿੰਦਗੀ, ਮੂਸਾ ਦੀ ਜ਼ਿੰਦਗੀ ਖੁਦਾ ਬਾਪ ਨੇ ਬਦਲ ਕੇ ਰੱਖ ਦਿੱਤੀ ਹੈ। ਹਾਲੇ ਲੂਈਆ, ਕਿਉਂਕਿ ਮੂਸਾ 80 ਸਾਲ ਦਾ ਹੋ ਗਿਆ, ਮੂਸਾ ਨੂੰ ਲੱਗਾ ਕਿ ਹੁਣ ਐਸੇ ਬੰਦੇ ਦੇ ਘਰ ਰਹਿ ਕੇ ਇਹਦੀ ਗੁਲਾਮੀ ਕਰਦਿਆਂ ਹੋਇਆ ਮੈਨੂੰ ਜ਼ਿੰਦਗੀ ਜਾਪਦੀ ਖਰਾਬ ਕਰਨੀ ਪੈਣੀ ਹੈ, ਜਾਂ ਮੈਂ ਜਲਦੀ ਕਰ ਗਿਆ ਥੋੜ੍ਹੀ ਤਾਂ ਨਹੀਂ ਮੈਨੂੰ ਮੇਰਾ ਰੁਤਬਾ ਮਿਲਿਆ। ਪਰ ਖੁਦਾ ਬਾਪ ਕਹਿੰਦੇ ਨਹੀਂ, ਜੋ ਕੁਝ ਤੇਰੇ ਅੰਦਰ ਹੈਗਾ ਹਜੇ ਮਰਿਆ ਨਹੀਂ, ਉਹ ਕੀ ਹੈਗਾ ਏ, ਜ਼ਿੰਦਾ ਏ, ਜਿਹੜਾ ਤੇਰੇ ਅੰਦਰ ਪੈਦਾ, ਜਜ਼ਬਾ ਤੇਰੇ ਅੰਦਰ ਪੈਦਾ ਕਰਨ ਵਾਲਾ ਉਹ ਤੇਰੇ ਅੰਦਰ ਹਜੇ ਜ਼ਿੰਦਾ ਏ, ਉਹ ਤੈਨੂੰ ਵਾਪਸ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਏਗਾ। ਉਹਨਾਂ ਦੀ ਜ਼ਬਾਨ ਬੰਦ ਹੋਵੇਗੀ ਜਿਹੜੇ ਤੇਰੇ ਆਪਣੇ ਤੈਨੂੰ ਕਹਿਣ ਲੱਗ ਪਏ, ਤੈਨੂੰ ਕਿੰਨੇ ਸਾਡੇ ਤੇ ਨਿਆਂ ਬਣਾ ਦਿੱਤਾ ਏ, ਹੁਣ ਤੂੰ ਨਿਆਂਈ ਬਣ ਕੇ ਜਾਏਗਾ ਪਰ ਮੇਰਾ ਨਿਆਂਈ ਬਣ ਕੇ ਜਾਏਗਾ, ਹੁਣ ਤੂੰ ਰਾਜਾ ਬਣ ਕੇ ਜਾਏਗਾ ਪਰ ਮੇਰਾ ਰਾਜਾ ਬਣ ਕੇ ਜਾਏਗਾ, ਤੇਰਾ ਰਾਜ ਦੁਨੀਆਂ ਦਾ ਰਾਜ ਨਹੀਂ ਹੋਵੇਗਾ ਬਲਕਿ ਚਮਤਕਾਰੀ ਸਮਰਥਾ ਜਿਹੜੀ ਏ ਉਹ ਤੈਨੂੰ ਰਾਜੇ ਤੋਂ ਵੀ ਉੱਤਮ ਬਣਾ ਦੇਵੇਗੀ। ਹਾਲੇ ਲੂਈਆ, ਹਾਲੇ ਲੂਈਆ, ਹਾਲੇ ਲੂਈਆ। ਪਰਮੇਸ਼ਵਰ ਦੇ ਪਿਆਰਿਓ, ਮੇਰਾ ਪ੍ਰਭੂ ਚਾਹੁੰਦੇ ਨੇ ਕਿ ਇਸ
ਝਾੜੀ ਦੇ ਵਾਂਗੂ ਸਾਡਾ ਖੁਦਾ ਦਾ ਰੂਪਾਕ ਜਿਹੜਾ ਏ ਉਹ ਸਾਡੇ ਅੰਦਰ ਉਤਰਿਆ ਰਵੇ, ਬਣਿਆ ਰਵੇ। ਰਸੂਲਾਂ ਦੇ ਕਰਤੱਵ 2 ਅਧਿਆਏ ਦੇ ਮੁਤਾਬਕ ਜਦੋਂ ਪਰਮੇਸ਼ਵਰ ਦੀ ਅੱਗ 120 ਲੋਕਾਂ ਦੇ ਉੱਤੇ ਉਤਰੀ ਯਰੂਸ਼ਲਮ ਦੇ ਵਿੱਚ, ਜਦੋਂ ਬੰਦਗੀ ਹੋ ਰਹੀ ਸੀ, ਪ੍ਰਾਰਥਨਾ ਹੋ ਰਹੀ ਸੀ, ਪਵਿੱਤਰ ਬਾਣੀ ਦੱਸੀਏ ਕਿ ਜਦੋਂ ਅੱਗ ਉਤਰੀ ਏ ਅੱਗ ਦੀਆਂ ਜੀਭਾਂ ਇੱਕ ਇੱਕ ਦੇ ਉੱਤੇ ਦਿਖਾਈ ਦਿੱਤੀਆਂ ਨੇ। ਲੋਕ ਸੜੇ ਨਹੀਂ, ਲੋਕਾਂ ਦੇ ਸਿਰਾਂ ਦੇ ਉੱਤੇ ਅੱਗ ਦੀਆਂ ਜੀਭਾਂ ਜਿਹੜੀਆਂ ਨੇ ਖੜੀਆਂ ਵਿਖਾਈਆਂ ਦੇ ਰਹੀਆਂ ਨੇ, ਪਰ ਲੋਕ ਸੜ ਨਹੀਂ ਰਹੇ ਸਨ। ਇੱਕ ਪ੍ਰਭੂ ਦੇ ਦਾਸ ਹੋਏ ਨੇ, ਉਹਨਾਂ ਦਾ ਨਾਮ ਪੂਰਾ ਯਾਦ ਨਹੀਂ ਹੈ, ਉਹ ਜਿਨ੍ਹਾਂ ਦੇ ਵਸੀਲੇ ਦੇ ਨਾਲ ਪਾਸਟਰ ਸੈਮੂਅਲ ਤੇ ਪਾਸਟਰ ਸਾਡੇ ਪਾਸਟਰ ਮਨਜੂਰ ਸਾਹਿਬ ਬੱਚੇ ਸਨ, ਪਾਸਟਰ ਅਮਦਾਦ ਮਸੀਹ, ਉਹਨਾਂ ਦੇ ਵੀ ਗੁਰੂ ਸੀ ਉਹ ਮੈਸੀ ਸਾਹਿਬ, ਉਹਨਾਂ ਨੂੰ ਕਹਿੰਦੇ ਸੀ। ਪੂਰਾ ਨੇਮ ਮੇਰਾ ਯਾਦ ਨਹੀਂ, ਮੈਂ ਮਿਲਿਆ ਵੈਸੇ ਉਹਨਾਂ ਨੂੰ, ਮੈਸੀ ਸਾਹਿਬ ਸੀ, ਬੜੇ ਬਜ਼ੁਰਗ ਹੋ ਗਏ ਸੀ। ਇੱਕ ਵਾਰ ਮਿਲਣ ਦਾ ਮੌਕਾ ਮਿਲਿਆ, ਵਚਨ ਵੀ ਸੁਣਨ ਦਾ ਉਹਨਾਂ ਕੋਲ ਮੌਕਾ ਮਿਲਿਆ ਮੈਨੂੰ, ਤੇ ਇੱਕ ਵਾਰ ਮੈਨੂੰ ਗਵਾਹੀ ਦੱਸਣ ਲੱਗ ਪਏ। ਜਦੋਂ ਅਸੀਂ ਉਹਨਾਂ ਦੇ ਘਰ ਗਏ, ਗਵਾਹੀ ਦੱਸਣ ਲੱਗ ਪਏ ਕਿ ਇੱਦਾਂ ਮੀਟਿੰਗ ਚੱਲੀ ਜਾਂਦੀ ਏ। ਜਦੋਂ ਮੀਟਿੰਗ ਚੱਲੀ ਜਾਂਦੀ ਏ ਤੇ ਲੋਕ ਆਤਮਾ ਦੇ ਨਾਲ ਭਰੇ ਹੋਏ ਸਨ, ਆਰਾਧਨਾ ਚੱਲ ਰਹੀ ਏ, ਆਰਾਧਨਾ ਚੱਲ ਰਹੀ ਏ, ਤੇ ਪਤਾ ਨਹੀਂ ਕੀ ਹੋਇਆ ਏ, ਕਹਿੰਦੇ ਅਸੀਂ ਤੇ ਆਰਾਧਨਾ ਕਰ ਰਹੇ ਸੀ ਪਰ ਲੋਕ ਬਾਹਰ, ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ, ਪਾਣੀ ਦੀਆਂ ਬਾਲਟੀਆਂ ਲੈ ਕੇ ਲੋਕੀ ਬਾਹਰ ਖੜੇ ਵੇਖੇ ਅਸੀਂ। ਤਾਂ ਅਸੀਂ ਪੁੱਛਿਆ ਉਹਨਾਂ ਨੂੰ, ਭਾਈ ਤੁਸੀਂ ਪਾਣੀ ਦੀਆਂ ਬਾਲਟੀਆਂ ਲੈ ਕੇ ਬਾਹਰ ਕਿੱਧਰ ਖੜੇ ਹੋ, ਅਸੀਂ ਤਾਂ ਬੰਦਗੀ ਕਰੀ ਜਾਂਦੇ ਹਾਂ। ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਆਪਣਿਆਂ ਘਰਾਂ ਤੋਂ ਵੇਖਿਆ ਤੇ ਆ ਜਿੱਥੇ ਤੁਸੀਂ ਬੰਦਗੀ ਕਰ ਰਹੇ ਸੀ ਨਾ, ਇਹ ਜਗ੍ਹਾ ਅੱਗ ਲੱਗੀ ਹੋਈ ਸੀ, ਇਸੇ ਕਰਕੇ ਅਸੀਂ ਪਾਣੀ ਦੀਆਂ ਬਾਲਟੀਆਂ ਲੈ ਕੇ ਆ ਗਏ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਪਵਿੱਤਰ ਆਤਮਾ ਦੀ ਅੱਗ ਸਾਨੂੰ ਸਾੜੇਗੀ ਨਹੀਂ, ਬਲਕਿ ਪਵਿੱਤਰ ਆਤਮਾ ਦੀ ਅੱਗ ਸਾਨੂੰ ਬਣਾ ਕੇ ਰੱਖ ਦੇਵੇਗੀ, ਸਾਡੇ ਦਰਸ਼ਨਾਂ ਨੂੰ ਪੂਰਾ ਕਰ ਦੇਵੇਗੀ, ਸਾਨੂੰ ਸਾਡੇ ਲੋਕਾਂ ਦੇ ਲਈ ਇਸਤੇਮਾਲ ਕਰੇਗੀ ਕਿ ਉਹ ਛੁਟਾਏ ਜਾਣ, ਉਹਨਾਂ ਨੂੰ ਛੁਟਕਾਰਾ ਮਿਲੇ। ਖੁਦਾ ਦੀ ਤਾਕਤ ਖੁਦਾ ਦੇ ਲੋਕਾਂ ਦੇ ਵਸੀਲੇ ਨਾਲ ਨਾਜ਼ਲ ਹੋਵੇਗੀ। ਹਾਲੇਲੂਇਆ, ਹਾਲੇਲੂਇਆ। ਇਸ ਝਾੜੀ ਨੇ ਇੱਕ ਵਾਰ ਖੁਦਾ ਦੇ ਬੰਦੇ ਮੂਸਾ ਨੂੰ ਤਰੋ ਤਾਜ਼ਾ ਕਰ ਦਿੱਤਾ ਏ ਕਿ ਜਦੋਂ ਪਰਮੇਸ਼ਵਰ ਇਸ ਝਾੜੀ ਦੇ ਦੁਆਰਾ ਗੱਲਾਂ ਕਰਨ ਲੱਗਿਆ ਤਾਂ ਉਹਨੂੰ ਕਿਹਾ, ਪਹਿਲੀ ਗੱਲ ਪ੍ਰਭੂ ਨੇ ਕਹੀ, ਮੂਸਾ ਆਪਣੀ ਜੁੱਤੀ ਨੂੰ, ਆਪਣੀ ਜੁੱਤੀ ਉਤਾਰ ਦੇ। ਬੀਤੇ ਦਿਨਾਂ 'ਚ ਇੱਥੇ ਵੇਖਿਆ ਸੀ ਛੇਲਿਆਂ ਦੇ ਪੈਰ ਪ੍ਰਭੂ ਯਿਸੂ ਮਸੀਹ ਨੇ ਜਿੱਦਾਂ ਧੋਤੇ ਸੀ, ਪੁਰਾਣੇ ਨੇਮ 'ਚ ਪੈਰ ਧੋਣ ਦਾ ਜਿਹੜਾ ਸੀ, ਹਾਂ ਅਬਰਾਹਮ ਹੁਰਾਂ ਨੇ ਧੋਤੇ ਨੇ, ਪਰ ਪ੍ਰਭੂ ਦੇ ਬਦਲਣ ਦਾ ਜਿਹੜਾ ਤਰੀਕਾ ਸੀ, ਯਿਸੂ ਮਸੀਹ ਵਾਂਗੂ ਪਰਮੇਸ਼ਰ ਪਿਤਾ ਨੇ ਪੈਰ ਨਹੀਂ ਧੋਤੇ, ਉਹਦੇ ਦਾਸਾਂ ਨੇ ਧੋਤੇ ਨੇ ਆਪਣੇ ਆਪ ਨੂੰ ਨਮਰ ਕਰਦਿਆਂ ਹੋਇਆ, ਪਰ ਪਰਮੇਸ਼ਰ ਦਾ ਜ਼ਿੰਦਗੀ ਬਦਲਣ ਦਾ ਤਰੀਕਾ, ਰਸਤਾ ਬਦਲਣ ਦਾ ਤਰੀਕਾ, ਹਾਲਾਤ ਬਦਲਣ ਦਾ ਤਰੀਕਾ, ਪ੍ਰਭੂ ਮੂਸਾ ਨੂੰ ਕਹਿੰਦੇ, ਯਹੋਸ਼ੂਆ ਨੂੰ ਕਹਿੰਦੇ, ਆਪਣੀ ਜੁੱਤੀ ਨੂੰ ਕੀ ਕਰ ਦਿਓ, ਇਹ ਹੁਣ ਜਿਹੜੀ ਜੁੱਤੀ ਤੁਸੀਂ ਜਿਹਦੇ ਨਾਲ ਚਰਵਾਹੇ ਬਣੇ ਸੀ, ਜੰਗਲਾਂ 'ਚ ਘੁੰਮਦੇ ਰਹੇ, ਇਹ ਜੁੱਤੀ ਹੁਣ ਕੀ ਕਰ ਦਿਓ, ਲਾ ਦਿਓ, ਹੁਣ ਨਵੀਂ ਜੁੱਤੀ ਪਾਓ ਜਿਹਦੇ ਵਸੀਲੇ ਦੇ ਨਾਲ ਤੁਹਾਡਾ ਰੁਤਬਾ ਅਲੱਗ ਹੈ, ਹੁਣ ਅਲੱਗ ਸੇਵਕਾਈ ਹੈ ਤੁਹਾਡੀ। ਔਰ ਲਿਖਿਆ ਪਰਮੇਸ਼ਵਰ ਜਦੋਂ ਕਹਿ ਰਹੇ ਸਨ
ਇਹਨੂੰ ਵੀ ਆਪਣੀ ਜੁੱਤੀ ਉਤਾਰ, ਇਹ ਜਗ੍ਹਾ ਕੋਈ ਆਮ ਨਹੀਂ, ਇਹ ਖਾਸ ਜਗ੍ਹਾ ਏ ਜਿੱਥੇ ਹੁਣ ਮੈਂ ਤੇਰੇ ਨਾਲ ਕੀ ਕਰਾਂਗਾ, ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਤਾਂ ਜੋ ਪ੍ਰਭੂ ਮੂਸਾ ਨੂੰ ਕਹਿ ਸਕਣ ਕਿ ਮੂਸਾ ਤੇਰੀਆਂ ਆਸਾਂ ਤੇਰੀਆਂ ਉਮੀਦਾਂ ਮਰੀਆਂ ਨਹੀਂ ਏ, ਜੀਵਤ ਏ, ਤੂੰ ਵਾਪਸ ਜਾਏਗਾ, ਤੂੰ ਆਪਣੇ ਲੋਕਾਂ ਨੂੰ ਛੁਡਾਏਗਾ। ਔਰ ਮੂਸਾ ਇੱਥੇ ਹੈਰਾਨ ਹੁੰਦਾ ਏ ਕਿ ਪ੍ਰਭੂ ਜੰਗਲ ਦੇ ਵਿੱਚ ਮੈਨੂੰ ਕਿੱਦਾਂ ਮਿਲ ਗਿਆ ਏ, ਭੇਡਾਂ ਬੱਕਰੀਆਂ ਚਾਰਦੇ ਨੂੰ ਮੂਸਾ ਹੈਰਾਨ ਹੋ ਰਿਹਾ ਕਿ ਖੁਦਾ ਕਿੱਦਾਂ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਏ। ਪਰਮੇਸ਼ਵਰ ਦੇ ਪਿਆਰਿਓ, ਖੁਦਾ ਬਾਪ ਨੇ ਨੂੰ 80 ਸਾਲ ਬਾਅਦ ਦੁਬਾਰਾ ਤਿਆਰ ਕੀਤਾ ਏ। ਕਿਉਂ? ਕਿਉਂਕਿ 40 ਸਾਲ ਦੀ ਜਿਹੜੀ ਉਮਰ ਏ ਉਹਦੇ ਵਿੱਚ ਇਹਨੇ ਸੋਚਿਆ ਮੈਂ ਰਾਜੇ ਦੇ ਘਰ ਵਿੱਚ ਏ ਤੇ ਰਾਜੇ ਦੀ ਪਦਵੀ ਮੈਨੂੰ ਹੀ ਮਿਲਣੀ ਏ, ਮੈਂ ਰਾਜੇ ਦਾ ਮੁੰਡਾ ਬਣ ਗਿਆ ਏ ਤੇ ਮੈਨੂੰ ਹੁਣ ਇੱਕ ਵੱਖਰਾ ਰਾਜ ਖੜਾ ਕਰਕੇ ਤੇ ਮਿਸਰ ਦੇ ਵਿੱਚੋਂ ਇਸਰਾਇਲੀਆਂ ਨੂੰ ਕੱਢਣਾ ਏ। ਪਰ ਖੁਦਾ ਬਾਪ ਕਹਿੰਦੇ ਇਹ ਤਰੀਕਾ ਤੇਰਾ ਸਹੀ ਨਹੀਂ ਏ, ਤੇ ਨਾਲ ਦੀ ਨਾਲ ਤੇਰਾ ਸਮਾਂ ਹਜੇ ਨਹੀਂ ਆਇਆ, ਨਾਲ ਦੀ ਨਾਲ ਇਸਰਾਇਲੀਆਂ ਦੀ ਸਜ਼ਾ ਹਜੇ ਪੂਰੀ ਨਹੀਂ ਹੋਈ। 400 ਤੇ ਕੋਈ 30 ਸਾਲ, 400 450 ਸਾਲ ਲਗਭਗ ਜਿਹੜਾ ਇੱਥੇ ਕਿ ਕਿਉਂਕਿ ਇਹਨਾਂ ਦੀ ਸਜ਼ਾ ਪ੍ਰਭੂ ਨੇ ਅਬਰਾਹਮ ਨੂੰ ਕਿਹਾ ਸੀ ਤੇਰੀ ਅੰਸ਼ ਜਿਹੜੀ ਏ 400 ਸਾਲ ਤੱਕ ਮਿਸਰ ਚ ਗੁਲਾਮੀ ਚ ਰਹੇਗੀ, ਪਰ ਉਹਨਾਂ ਦੇ ਬੁੜ ਬੁੜਾਉਣ ਦੇ ਕਾਰਨ, ਤਮਾਮ ਪਾਪ ਕਰਨ ਦੇ ਕਾਰਨ 30-50 ਉਹਨਾਂ ਦੀ ਸਜ਼ਾ ਹੋਰ ਵੱਜ ਗਈ, ਤੇ ਜਿੰਨਾ ਚਿਰ ਉਹ ਸਮਾਂ ਨਹੀਂ ਪੂਰਾ ਹੋਇਆ ਖੁਦਾ ਨੇ ਮੂਸਾ ਨੂੰ ਵਾਪਸ ਨਹੀਂ ਲਿਆਂਦਾ। ਪਰਮੇਸ਼ਵਰ ਦੇ ਪਿਆਰਿਓ, ਮੇਰਾ ਖੁਦਾ ਬਾਪ ਸਾਡੀਆਂ ਜ਼ਿੰਦਗੀਆਂ ਨੂੰ ਜਿੱਦਾਂ 35 ਕੋਸੇ ਦੇਣ ਪਵਿੱਤਰ ਆਤਮਾ ਲੋਕਾਂ ਤੇ ਉਤਰਿਆ, ਅੱਗ ਉਤਰੀ ਪਰ ਲੋਕ ਸੜੇ ਨਹੀਂ, ਇੱਥੇ ਵੀ ਇਹ ਝਾੜੀ ਸੜਦੀ ਨਹੀਂ ਏ, ਬਲਕਿ ਖੁਦਾ ਬਾਪ ਉਸ ਅੱਗ ਦੇ ਵਸੀਲੇ ਨਾਲ ਮੂਸਾ ਨਾਲ ਗੱਲਾਂ ਕਰ ਰਿਹਾ ਸੀ ਵੀ ਮੂਸਾ ਹੁਣ ਤੇਰਾ ਟਾਈਮ ਆਇਆ ਏ, ਹੁਣ ਤੂੰ ਤਿਆਰ ਹੋ, ਹੁਣ ਤੈਨੂੰ ਵਾਪਸ ਜਾ ਕੇ ਰਾਜੇ ਨਾਲ ਗੱਲਾਂ ਕਰਨੀਆਂ ਏ। ਪਰ ਮੂਸਾ ਕਹਿੰਦਾ ਨਹੀਂ, ਇਹ ਮੇਰੇ ਕੋਲ ਕੰਮ ਨਹੀਂ ਆਉਣਾ। ਪ੍ਰਭੂ ਕਹਿੰਦੀ ਅੱਗੇ ਤੂੰ ਆਪਣਾ ਸਭ ਕੁਛ ਲੈ ਕੇ ਕੰਮ ਕਰ ਰਿਹਾ ਸੀ, ਹੁਣ ਮੈਂ ਤੈਨੂੰ ਆਪਣਾ ਨਾਮ ਦਿੱਤਾ ਏ, ਜਦੋਂ ਵੀ ਤੈਨੂੰ ਕੋਈ ਪੁੱਛੇ ਵੀ ਤੂੰ ਕਿਉਂ ਆਇਆ ਏ, ਕਿੰਨੇ ਭੇਜਿਆ ਏ, ਤੇ ਤੂੰ ਕਹੀਂ ਮੈਨੂੰ ਭੇਜਿਆ ਏ ਮੈਂ ਹੂੰ ਜੋ ਹੂੰ, ਮੈਨੂੰ ਉਸ ਪਰਮੇਸ਼ਵਰ ਨੇ ਭੇਜਿਆ ਏ ਜਿਹਦਾ ਨਾਮ ਏ ਮੈਂ ਹੂੰ ਜੋ ਹੂੰ। ਹਾਲੇਲੂਇਆ। ਤਾਂ ਜੋ ਪਰਮੇਸ਼ਵਰ ਮਿਸਰ ਦੇ ਵਿੱਚ ਪ੍ਰਗਟ ਕਰ ਸਕੇ ਕਿ ਪਰਮੇਸ਼ਵਰ ਕੌਣ ਏ, ਉਹ ਕੀ ਹੈਗਾ ਏ ਪਰਮੇਸ਼ਵਰ, ਉਹ ਪ੍ਰਗਟ ਕਰ ਸਕੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਆਪਣੇ ਦਾਸ ਦੇ ਵਸੀਲੇ ਦੇ ਨਾਲ, ਕਿਉਂਕਿ ਅਸੀਂ ਝਾੜੀ ਨਹੀਂ ਬਲਕਿ ਝਾੜੀ ਤੋਂ ਸਾਨੂੰ ਖੁਦਾ ਨੇ ਕੀ ਕਰਤਾ ਏ, ਉੱਤਮ ਬਣਾਤਾ ਏ। ਅਸੀਂ ਗਧੇ ਨਹੀਂ, ਅਸੀਂ ਗਧੀਆਂ ਨਹੀਂ, ਬਲਕਿ ਖੁਦਾ ਨੇ ਸਾਨੂੰ ਕੀ ਬਣਾਇਆ ਏ, ਉੱਤਮ ਬਣਾਇਆ ਏ। ਖੁਦਾ ਬਾਪ ਸਾਡੇ ਅੰਦਰ ਰਹਿਣਾ ਚਾਹੁੰਦਾ ਏ, ਖੁਦਾ ਦੀ ਹਜ਼ੂਰੀ ਸਾਡੇ ਅੰਦਰ ਰਹਿਣਾ ਚਾਹੁੰਦੀ ਏ, ਖੁਦਾ ਦੀ ਅੱਗ ਸਾਡੇ ਅੰਦਰ ਰਹਿਣਾ ਚਾਹੁੰਦੀ ਏ, ਖੁਦਾ ਬਾਪ ਸਾਡੇ ਕੋਲ ਪਵਿੱਤਰਤਾ ਦੀ ਮੰਗ ਕਰਦਾ ਏ। ਵਜ੍ਹਾ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਖੁਦਾ ਦਰਸ਼ਨ ਪੂਰੇ ਕਰ ਸਕੇ, ਤਾਂ ਜੋ ਖੁਦਾ ਤੁਹਾਡੀ ਜ਼ਿੰਦਗੀ ਦੇ ਟਾਰਗੇਟ ਪੂਰੇ ਕਰ ਸਕੇ। ਪਰ ਜੇ ਤੁਸੀਂ ਆਵਾਜ਼ ਸੁਣ ਕੇ ਵੀ ਕਿ ਖੁਦਾ ਬਾਪ ਨੇ ਮੈਨੂੰ ਚੁਣ ਲਿਆ ਏ, ਖੁਦਾ ਬਾਪ ਦੀ ਬੁਲਾਹਟ ਨੂੰ ਨਾ ਪਛਾਣੋ, ਆਪਣੀ ਜ਼ਿੰਦਗੀ ਦੇ ਦਰਸ਼ਨ ਨੂੰ ਨਾ ਪਹਿਚਾਨੋ,
ਖੁਦਾ ਬਾਪ ਨੇ ਤੁਹਾਡੇ ਅੰਦਰ ਹੀ ਪਾਉਣਾ ਹੈ ਤੇ ਕਰਾਉਣਾ ਖੁਦਾ ਬਾਪ ਨੇ ਤੁਹਾਡੇ ਕੋਲ ਹੀ ਹੈ। ਜੇ ਤੁਸੀਂ ਉਹਦੀਆਂ ਉਹਦੇ ਵਚਨ ਨੂੰ ਨਾ ਸਮਝ ਪਾਏ, ਉਹਦੀਆਂ ਗੱਲਾਂ ਨੂੰ ਨਾ ਸਮਝ ਪਾਏ ਤੇ ਇਹ ਘਾਟਾ ਤੁਹਾਡਾ ਹੀ, ਇਹ ਘਾਟਾ ਪ੍ਰਭੂ ਨੂੰ ਕੋਈ ਘਾਟਾ ਨਹੀਂ ਹੈ। ਉਹਨੇ ਤੇ ਫਿਰ ਜਾਨਵਰਾਂ ਦੇ ਕੋਲੋਂ ਤੇ ਪੇੜ ਪੌਦਿਆਂ ਦੇ ਕੋਲ ਵੀ ਉਹਨੇ ਤੇ ਕੰਮ ਲੈ ਲਿਆ ਹੈ। ਵੀਰਵਾਰ ਛਾਇਆ ਖੁਦਾ ਨੇ ਤੇ ਅਸੀਂ ਗੱਲ ਕਰਾਂਗੇ, ਆਪਣਾ ਰੁਤਬਾ ਕਿਸੇ ਨੂੰ ਹੋਰ ਨਾ ਦਿਓ। ਖੁਦਾ ਨੇ ਛਾਇਆ ਇੱਕ ਹੋਰ ਮੈਸੇਜ ਖੁਦਾ ਨੇ ਬਹੁਤ ਵਧੀਆ ਦਿੱਤਾ, ਮੰਛੀਆਂ ਹੋਈਆਂ ਚੀਜ਼ਾਂ ਜਿਹੜੀਆਂ ਰੱਬ ਦੇ ਸਮਰਪਣ ਕਰ ਦਿੱਤੀਆਂ ਚੀਜ਼ਾਂ ਨੂੰ ਉਹਨਾਂ ਦਾ ਲਾਲਚ ਨਹੀਂ ਕਰਨਾ ਅਸੀਂ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਪਿਆਰਿਓ, ਮੇਰਾ ਖੁਦਾ ਮੂਸਾ ਦੇ ਵਾਂਗੂ, ਮੂਸਾ ਦੇ ਵਾਂਗੂ ਖੁਦਾ ਸਾਨੂੰ ਜੰਗਲ ਦੇ ਵਿੱਚੋਂ ਕੱਢ ਕੇ ਲੈ ਕੇ ਆਉਣਾ ਚਾਹੁੰਦਾ ਹੈ। ਮੂਸਾ ਦੇ ਵਾਂਗੂ ਸਾਡਾ ਖੁਦਾ ਇਹ ਨਹੀਂ ਚਾਹੁੰਦਾ ਕਿ ਭੇਡਾਂ ਬੱਕਰੀਆਂ ਚਾਰਦੇ ਰਹੋ, ਉਹਨਾਂ ਹਾਲਾਤਾਂ 'ਚ ਡਟੇ ਰਹੋ ਜਿਹਦੇ ਵਿੱਚ ਜਿਹਦੇ ਉੱਤੇ ਕੰਮ ਕਰਨਾ ਬੜੀ ਔਖੀ ਗੱਲ ਹੈ, ਬੜੇ ਜਾਨਵਰਾਂ ਦਾ ਸਾਹਮਣਾ ਕਰਨਾ ਹੈ, ਬੜੀ ਉਹਨਾਂ ਦੀ ਕੇਅਰ ਕਰਨੀ ਹੈ, ਉਹਨਾਂ ਦੀ ਟੈਨਸ਼ਨ ਹੀ ਲੱਗੀ ਰਹਿੰਦੀ ਹੈ, ਕੱਪੜੇ ਕੋਈ ਜ਼ਿਆਦਾ ਵਧੀਆ ਨਹੀਂ ਪਾ ਸਕਦਾ ਜਿਹੜਾ ਜਾਲੀ ਬੰਦਾ ਹੈ, ਕੋਈ ਜ਼ਿਆਦੀ ਉਹਦੀ ਜਿਹੜੀ ਇਹ ਪਹਿਚਾਣ ਨਹੀਂ ਹੈਗੀ, ਪਰ ਪਰਮੇਸ਼ਵਰ ਉਸ ਅੱਗ ਦੇ ਵਸੀਲੇ ਦੇ ਨਾਲ ਜਿਹੜੀ ਝਾੜੀ ਦੇ ਵਿੱਚ ਬਲ ਰਹੀ ਸੀ, ਪ੍ਰਭੂ ਚਾਹ ਰਿਹਾ ਸੀ ਕਿ ਮੂਸਾ ਇਸ ਬਲਦੀ ਹੋਈ ਝਾੜੀ ਚੋਂ ਆਵਾਜ਼ ਸੁਣ ਕੇ ਮੂਸਾ ਵਾਪਸ ਜਾਵੇ ਮਿਸਰ ਦੇ ਵਿੱਚ, ਕਿਉਂਕਿ 24 ਤੇ 25 ਦੋ ਅਧਿਆਏ 24 ਤੇ 25 ਆਇਤ ਦੇ ਵਿੱਚ ਲਿਖਿਆ, ਕੋਈ ਨਾ ਕੋਈ ਮਿਸਰ ਦੇ ਵਿੱਚ ਵੀ ਦੁਹਾਈਆਂ ਦੇ ਰਿਹਾ ਸੀ, ਸਾਡਾ ਗੁਲਾਮੀ ਦਾ ਜੂਲਾ ਤੋੜਿਆ ਜਾਏ, ਸਾਨੂੰ ਗੁਲਾਮੀ ਚੋਂ ਕੱਢਿਆ ਜਾਏ, ਸਾਨੂੰ ਜਿਹੜਾ ਪੈਸਾ ਨਹੀਂ ਮਿਲ ਰਿਹਾ ਪੂਰਾ, ਉਹ ਪੈਸਾ ਸਾਨੂੰ ਮਿਲੇ, ਸਾਡੀ ਮਿਹਨਤ ਜਿਹੜੀ ਮਿਲੇ। ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਨੂੰ ਸੁਣ ਕੇ ਬਲਦੀ ਹੋਈ ਝਾੜੀ ਦੇ ਵਸੀਲੇ ਦੇ ਨਾਲ ਖੁਦਾ ਨੇ ਮੂਸਾ ਦੇ ਨਾਲ ਗੱਲ ਕੀਤੀ ਹੈ ਕਿ ਮੂਸਾ, ਜਿੱਦਾਂ ਮੈਂ ਅਬਰਾਹਾਮ ਦੇ ਲਈ ਝਾੜੀ ਦੇ ਵਿੱਚੋਂ ਲੇਲਾ ਪੈਦਾ ਕਰ ਦਿੱਤਾ, ਇਸੇ ਤਰ੍ਹਾਂ ਇਸ ਝਾੜੀ ਦੇ ਵਸੀਲੇ ਦੇ ਨਾਲ ਹੁਣ ਤੇਰਾ ਫਿਊਚਰ ਜਿਹੜਾ ਹੈ ਉਹ ਮਿਸਰ ਦੇ ਵਿੱਚ ਜਾਏਗਾ, ਤੂੰ ਮਿਸਰ ਦੇ ਵਿੱਚ ਜਾਏਗਾ ਔਰ ਤੂੰ ਮੇਰੇ ਲਈ ਕੰਮ ਕਰੇਗਾ। ਹਾਲੇਲੂਇਆ, ਹਾਲੇਲੂਇਆ।